परेशान कर दो बंदे आए दुश्मनी की गल नहीं बंदा जेल च मैं पेश करना के तुसी करना जो मैं जबान तो मैं कराई नहीं गल निगरानी की फिर तुम फोटो नहीं ना खिंच के लिया सही सैन कराने से उसे फिर सैन क्यों नहीं कराए तुम बंदा पांजा मंदिर बंदा सानू बना हिसाब लाला एवन पंजाबी दी नवी अपडेट लई बैल आइकन नू क्लिक करो ते एवन पंजाबी नू सब्सक्राइब करो। सोशल मीडिया ते अक्सर ही कोई ना कोई अजिही वीडियो वायरल हुंदी रहिंदी है जो कि हमेशा ही चर्चा दा विषय बनदी है, पर जेकर गल कीती जावे पंजाब पुलिस दी, जी हां, कुछ समय तो कुछ क पंजाब पुलिस दे मुलाजमां दीआं कुछ अजिहियां वीडियो निकल के सामने आ रहियां नी जिन्हां नू देख के हर कोई पंजाब पुलिस नू माड़ा आखण लगा है। अते अज इस दे चलदे एक होर वीडियो सोशल मीडिया ते बड़ी तेजी नाल वायरल हो रही है जिस विच कि एक कैदी जो कि पैरोल ते आया होया सी जिस नू कि उस दे चल रहे केस विच एह पुलिस मुलाजम जो वीडियो विच दिखाई दे रहे ने उस नू राजीनामा करन लई आख रहे ने अते राजीनामा करन दा उस व्यक्ति उपर दबाव बना रहे ने। इथे तुहानू ए भी दस दे कि इन्हां पुलिस अधिकारियां दी इस करतूत दी वीडियो बनाउण वाले नौजवान ने भी एह गल बार बार वीडियो विच आखी है कि तुसी धमकियां दे के केस नू रफा दफा करन दी गल आखदे हो, अजिहा क्यों करदे हो, अते नौजवान वायरल हो रही इस वीडियो विच इन्हां पुलिस अधिकारियां नू होर की आख रिहा है आओ सुनदे हां। परेशान कर दो बंदे आए लिया इनक्वायरी विखाओ कि फेसबुक लाइव हो तुम गेड़ा लाने आए थी कला नहीं साइन ओ करवाने सरकारी जेल आए हो तुम प्राइवेट दुश्मनी की गल नहीं बंदा जेल च मैं पेश करना के तुसी करना जो मैं जबान तो मैं कराई नहीं गल निगरानी की फिर तुम फोटो नहीं ना खिंच के लिया सही तुम साइन कराने से ਉਥੇ ਫਿਰ ਸੈਨ ਕਿਉਂ ਨਹੀਂ ਕਰਾਏ ਤੁਸੀਂ ਕਈ ਵਾਰੀ ਸਾਨੂੰ ਧਮਕੀਆਂ ਮਿਲੀਆਂ ਉਦੋਂ ਤਾਂ ਤੁਸੀਂ ਨਿਗਰਾਨੀ ਨਾ ਕੀਤੀ ਹੁਣ ਨਿਗਰਾਨੀ ਦਾ ਚਿੱਠਾ ਆ ਗਿਆ ਤੁਹਾਨੂੰ ਕਦੀ ਧਮਕੀ ਸਾਨੂੰ ਚਿੱਠੀ ਹੁਣ ਆਈ ਹੈ ਜੋੜੇ ਤੁਹਾਨੂੰ ਤਾਂ ਚਿੱਠੀ ਜਿਹੜੀਆਂ ਅਸੀਂ ਐਪਲੀਕੇਸ਼ਨਾਂ ਲੈ ਲੈ ਜਾਂਦੇ ਰਹੇ ਥਾਣੇ ਉਹ ਸਾਡੀਆਂ ਕਾਹਦੀ ਸਾਡੀਆਂ ਤਾਂ ਐਪਲੀਕੇਸ਼ਨਾਂ ਵੀ ਨਹੀਂ ਬੜੀਆਂ ਕਿਸੇ ਨੇ ਪਹਿਲੀ ਗੱਲ ਕਾਨੂੰਨ ਚਲੀ ਗਿਆ ਤੁਸੀਂ ਫੋਟੋ ਖਿੱਚ ਕੇ ਲਿਆਓ ਕਾਨੂੰਨ ਚਲੀ ਗਿਆ ਫੋਟੋ ਖਿੱਚ ਕੇ ਲਿਆਓ ਤੁਸੀਂ ਮੇਰੀ ਗੱਲ ਸੁਣੋ 8 ਸਾਲ ਇੱਕ ਮਿੰਟ 8 ਸਾਲ ਹੋ ਗਏ ਵੀਰ ਜੀ ਇੱਕ ਮਿੰਟ 8 ਸਾਲ ਹੋ ਗਏ ਫੋਟੋ ਖਿੱਚ ਕੇ ਲਗਾਏ ਕਦੇ ਤੁਸੀਂ ਲਓ ਸਾਨੂੰ ਦਿਖਾਓ ਕਿੱਥੇ ਆ खाली कागज तो नहीं करना वीर मेरी गल सुन ला साडे घरे पुत ना लेके आ जी इवें तेन मैं दसदा तू सानू लियाओ दिखाओ साडे परचा दिखाओ कि दिखाओ बंदा पांजा मंदिर बंदा सानू बनाने आंदे आ हिसाब लाला काम दे रहे हैं जी मेरा पहले नंबर ते जाना किन्दे करे असीं ते फिर क्यों आया साडे घरे ना नहीं लिया दिखाओ मैनू कड्डो
ਵੀਰ ਜੀ ਦੁਸ਼ਮਣੀ ਦਾ ਕੰਮ ਹੈ, ਦੁਸ਼ਮਣੀ ਦਾ ਕੰਮ ਹੈ ਵੀਰ ਜੀ ਸਾਡਾ, ਸਾਨੂੰ ਕੱਢ ਕੇ ਦਿਖਾਓ ਪਹਿਲਾਂ ਕਿੱਥੇ ਆ, ਕਦੀ ਕਿੱਥੋਂ ਦੇ ਆ ਜਾਂਦੇ ਚੱਕਣ, ਕਦੀ ਕਿੱਥੋਂ ਦੇ ਆ ਜਾਂਦੇ ਆ, ਪਰਚਾ ਕੱਢੋ ਪਹਿਲਾਂ ਕਿੱਥੇ ਸਾਡਾ ਦਿਖਾਓ। ਗੁਰਮੀਤ ਸਿੰਘ ਸਾਨੂੰ ਪੇਪਰ ਸਿੰਘ ਲਾ ਦਿਖਾਓ ਸਾਨੂੰ, ਐ ਖੇਡ ਥੋੜਾ ਹੀ ਆ ਸਾਡੀ, ਕਿੱਦਾਂ ਕਿੱਥੇ ਕਿੱਥੇ ਲਾਗਦਾ ਵੀਰ ਜੀ, ਫੋਟੋਆਂ ਖਿੱਚਣ ਦਾ ਹੱਕ ਹੀ ਨੀਗਾ, 8 ਸਾਲ ਹੋ ਗਏ ਅੱਗੇ ਕਿੰਨੀਆਂ ਕੁ ਫੋਟੋਆਂ ਖਿੱਚ ਕੇ ਲਗਾਏ ਤੁਸੀਂ, ਮੇਰੀ ਗੱਲ ਦਾ ਜਵਾਬ ਦਿਓ ਤੁਸੀਂ। ਕੱਲ 8 ਸਾਲ ਹੋ ਗਏ ਫੋਟੋਆਂ ਖਿੱਚੀਆਂ ਤੁਸੀਂ, ਫੋਟੋਆਂ ਖਿੱਚੀਆਂ 8 ਸਾਲ ਹੋ ਗਏ ਪਹਿਲਾਂ, ਹਾਜ਼ਰੀ ਫੋਟੋ ਨਾਲ ਖਿੱਚੀਂਦੀ ਆ, ਸਾਈਨ ਨਾਲ ਖਿੱਚੀਂਦੀ ਆ ਜੀ, ਹਾਜ਼ਰੀ ਲੱਗਦੀ ਆ, ਫੋਟੋ ਨਾਲ ਹਾਜ਼ਰੀ ਨੀ ਲੱਗਦੀ ਹੁੰਦੀ, ਉਦੋਂ ਤੁਹਾਡੇ ਕੋਲ ਕਾਗਜ਼ ਨਹੀਂ ਸੀ, ਉਦੋਂ ਸਾਈਨ ਕਰਾਉਣੇ ਸਾਡੇ ਕੋਲ ਸੀਗੇ, ਤੇ ਫਿਰ ਤੁਸੀਂ ਉਦੋਂ ਸਾਈਨ ਕਰਾਉਣੇ ਸੀਗੇ, ਸਾਈਨ ਦੀ ਕੀ ਲੋੜ ਸਾਨੂੰ ਮਿਲ ਗਿਆ, ਜਦੋਂ ਸਾਨੂੰ ਮਿਲ ਗਿਆ ਬੰਦਾ ਠੀਕ, ਐਨ ਸਾਈਨ ਕਰਾਉਣ ਤੋਂ ਹਾਜ਼ਰੀ ਲੱਗਦੀ ਹੁੰਦੀ ਆ, ਫੋਟੋ ਨਾਲ ਹਾਜ਼ਰੀ ਨੀ ਲੱਗਦੀ ਹੁੰਦੀ, ਮੰਨ ਲਓ ਕੱਲ ਉੱਪਰੋਂ ਇਨਕੁਆਇਰੀ ਆਏ ਕੀ ਵਿਖਾਉਂਗੇ ਉਹਨੂੰ, ਸਾਈਨ ਕਰਾਇਆ ਸੀ ਨਹੀਂ, ਉੱਪਰੋਂ ਚੌਂਕੀਦਾਰ ਤਾਂ ਝੂਠਾ ਬਿਆਨ ਵੀ ਲਗਾ ਕਿਉਂ ਦਿਖਾਊਗਾ ਵੀ ਮੇਰੇ ਹਾਜ਼ਰੀ ਵਿੱਚ, ਜੋ ਮੇਰੇ ਸਾਈਨ ਨਹੀਂ ਹੁੰਦਾ ਪਹਿਲਾਂ ਸਾਨੂੰ ਸਾਈਨ ਵਿਖਾਓ ਦਾ ਸਾਨੂੰ ਕਰੋ, ਇਹਦੀ ਆ ਕੈਦੀ, ਕੈਦੀ ਦੀ ਉਹ ਛੁੱਟੀ ਜੀ ਆ, ਇਹ ਬੰਦਾ 4-5 ਵੀ ਸਾਡੇ ਤੇ ਵਰਿਆ, ਜਾਨ ਵੀ ਲਿਖਾ ਸਕਦਾ ਜਵਾਬ ਦਿਓ ਤੁਸੀਂ, ਗਲਤ ਗੱਲ ਆਈ ਤੁਹਾਡਾ ਵੀ, ਕਾਨੂੰਨ ਦੇ ਤੌਰ ਤੇ ਗਲਤ ਗੱਲ ਆ ਤੁਹਾਡਾ ਵੀ, ਮੈਂ ਪਾਉਣਾ ਇਹਨਾਂ ਦੇ, ਅਸੀਂ ਸਾਨੂੰ ਜਾਣਦੇ ਸਾਨੂੰ ਵੀ ਜਾਣਦੇ, ਅੱਜ ਤੁਹਾਡੇ ਗੱਲ ਵੀ ਪੱਤਰ ਸਾਡਾ ਉੱਥੇ ਪਿਆ, ਇਨਕੁਆਇਰੀ ਕਰਨ ਸਾਡੇ ਘਰੇ ਆ ਗਏ ਤੁਸੀਂ, ਕੀ ਗੱਲ ਪਹਿਲੀ ਗੱਲ ਤਾਂ ਅਸੀਂ ਪਾਉਣੇ ਆ, ਮੇਲ ਪਊਗੀ ਡੀਜੀਪੀ ਨੂੰ, ਉਵੇਂ ਕਰਾਵਾਂਗੇ ਅਸੀਂ ਵੀ, ਕਾਗਜ਼ ਪੱਤਰ ਨੀ ਸਾਡੇ ਘਰੇ, ਕੀ ਲੈਣ ਗਏ ਜਵਾਬ ਦਿਓ ਤੁਸੀਂ, ਹੈਗਾ ਕੱਢੋ ਸਾਨੂੰ ਕਾਗਜ਼ ਕੱਢ ਕੇ, ਮੇਰੇ ਕੋਲ ਮੈਂ ਵੀਡੀਓ ਬਣਾ ਸਕਦਾ, ਕਾਗਜ਼ ਵਿਖਾਓ ਸਾਡੇ ਘਰੇ ਕਾਰੇ ਵਾਸਤੇ ਲੈਣ, ਤੁਸੀਂ ਕੀ ਆਏ ਹੋ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ, ਬਸ ਠੀਕ ਆ, ਤੁਹਾਡੇ ਕਾਗਜ਼ ਬਿਲਕੁਲ ਲਿਆਉਂਗਾ, ਨਹੀਂ ਲਿਆਏਗਾ ਕਿ ਹੈਗੇ ਆ ਪਹਿਲੀ ਗੱਲ ਦਾ ਜਵਾਬ ਦੇ, ਥਾਣੇ ਕਾਗਜ਼ ਪਏ ਸਾਡੇ ਘਰੇ, ਕੀ ਤੁਸੀਂ ਲੈਣਾ ਪਹਿਲੀ ਮੇਰੀ ਗੱਲ ਜਵਾਬ ਦੇ, ਨਹੀਂ ਕਰ ਸਕਦੇ, ਚੈਕਿੰਗ ਨਹੀਂ ਕਰ ਸਕਦੇ, ਫੋਨ ਦੇ ਨਾਲ ਵੀਰੇ ਚੈਕਿੰਗ ਨਹੀਂ ਕਰ ਸਕਦੇ, ਮੇਰੀ ਗੱਲ ਦਾ ਜਵਾਬ ਦੇ ਤੁਸੀਂ, ਮੇਰੀ ਗੱਲ ਸੁਣ ਛੱਡੇ, ਇਹ ਤਾਂ ਸਾਡੇ ਨਾਲ ਆਇਆ, ਇਹਦੇ ਨਾਲ ਤੁਹਾਡੇ ਹੱਕ ਨਹੀਂ ਸੀਗਾ, ਲੈਣ ਕੀ ਆਇਆ ਮੰਦੂ ਯਾਰ, ਫਿਰ ਉਹੀ ਗੱਲ ਤੇਰੀ ਯਾਰ ਬਾਈ ਯਾਰ, ਤੂੰ ਲੈਣ ਕੀ ਆ ਸਾਡੇ ਘਰੇ, ਫਲਾਨੇ ਬੰਦੇ ਨੰਬਰ ਲੈ ਗੱਡੀ ਦਾ, ਪ੍ਰਾਈਵੇਟ ਗੱਡੀ ਦੇ ਨਾਲੇ ਆਏ ਆ, ਪ੍ਰਾਈਵੇਟ ਗੱਡੀ ਤੇ ਤੂੰ ਪਹਿਲਾਂ ਸਾਨੂੰ ਫੋਨ, ਆਹ ਨੰਬਰ ਹੈ ਗੱਡੀ ਦਾ। ਸੋ ਦੋਸਤੋ ਦੇਖਿਆ ਤੁਸੀਂ
पर यह कोई पहला मामला नहीं है जिस विच कि पुलिस अधिकारी किसी नाल इस तरह का वर्ताव कर रहे ने, बल्कि इस तो पहला भी कई अजिहियां वीडियो निकल के सामने आ चुकिया ने जिस विच जाता पुलिस अधिकारी लोकां नाल कुटमार करदे ने जां फिर उन्हां नूं तंग परेशान करदे ने। सो लोड़ है प्रशासन नूं इहो जिहे घटिया पुलिस अधिकारियां ते सख्त तो सख्त कारवाई करन दी जो आम लोकां नूं तंग परेशान करन ते लगे होए ने। मैं अपने ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫ੍ਰੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।